ਵਾਹਿਗੁਰੂ ਜੀ। Thank you.
ਸਿੱਖ ਸੰਗਤਾਂ ਦੇ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਦੇ ਵੱਲੋਂ ਬਹੁਤ ਉੱਚ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ। ਸੋ ਇਹ ਗੁਰਮਤਿ ਸਮਾਗਮ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ 550 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਆਪ ਮਨਾਉਣ ਵਾਸਤੇ ਇਕੱਤਰ ਹੋਏ ਹੋ। ਸਿੱਖ ਸੰਗਤਾਂ ਨੂੰ ਇਸ ਸੁਭਾਗ ਸਮੇਂ ਦੀਆਂ ਲੱਖ ਲੱਖ ਵਧਾਈਆਂ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸਹਿਬਾਨਾਂ ਨੂੰ ਇਸ ਸੁਭਾਗ ਸਮੇਂ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ, ਕਿਉਂਕਿ ਪਿਆਰਿਓ ਸਤਿਗੁਰ ਸਾਹਿਬ ਜੀ ਦੀ ਗੁਰਬਾਣੀ ਦਾ ਪਾਵਨ ਵਾਕ ਆਉਂਦਾ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਅੱਜ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਗੁਰੂ ਦਾਤਾ ਜੀ ਦੀ ਕਿਰਪਾ ਹੈ। ਕਹਿੰਦੇ ਬੰਦੇ ਦੇ ਕੋਲ ਪੈਸਾ ਹੋਵੇ ਤੇ ਪੈਸੇ ਦੇ ਨਾਲ ਬੰਦਾ ਦੁਨੀਆਂ ਦੇ ਸੁੱਖ ਖਰੀਦ ਸਕਦਾ ਹੈ, ਪੈਸੇ ਦੇ ਨਾਲ ਗੱਡੀਆਂ ਖਰੀਦੀਆਂ ਜਾ ਸਕਦੀਆਂ, ਪੈਸੇ ਦੇ ਨਾਲ ਜ਼ਮੀਨਾਂ ਜਾਇਦਾਦਾਂ ਖਰੀਦੀਆਂ ਜਾ ਸਕਦੀਆਂ, ਪੈਸੇ ਦੇ ਨਾਲ ਕੋਠੀਆਂ ਖਰੀਦੀਆਂ ਜਾ ਸਕਦੀਆਂ ਨੇ, ਪਰ ਅਸਤ ਸੰਗ ਦੀਆਂ ਘੜੀਆਂ ਇਹ ਕਦੇ ਪੈਸੇ ਦੇ ਨਾਲ ਨਹੀਂ ਜੇ ਮਿਲਦੀਆਂ। ਸਤਿਗੁਰ ਦਾਤਾ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਓ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਦੇ ਮਹਾਂਵਾਕਾਂ ਅਨੁਸਾਰ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਜਗਤ ਜਲੰਦੇ ਨੂੰ ਠਾਰਨ ਵਾਲੇ ਤੇ ਦੁਖੀਆਂ ਦੇ ਦਰਦ ਨਿਵਾਰਨ ਵਾਲੇ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਕਲਯੁਗ ਸਮੇਂ ਦੇ ਅੰਦਰ ਇਸ ਸੰਸਾਰ ਦੇ ਉੱਤੇ ਆ ਕੇ ਭੁੱਲੇ ਭਟਕੇ ਲੋਕਾਂ ਨੂੰ ਇੱਕ ਸੱਚ ਦਾ ਮਾਰਗ ਦਿਖਾਇਆ। ਪਿਆਰਿਓ ਅੱਜ ਆਪਾਂ ਸਾਰੇ ਪੜ੍ਹਦੇ ਹਾਂ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਰ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਇਹਨਾਂ ਨੂੰ ਸਭ ਤੋਂ ਵੱਡਾ ਕਿਉਂ ਆਖਿਆ ਜਾਂਦਾ ਹੈ? ਕਿਉਂਕਿ ਪਿਆਰੇ ਖਾਲਸਾ ਜੀਓ, ਕਹਿੰਦੇ ਦੁਨਿਆਵੀ ਬੰਦਾ ਆਪਣੇ ਘਰੋਂ ਤੁਰਦਾ ਹੈ ਕੁਝ ਕਮਾਉਣ ਵਾਸਤੇ, ਕੋਈ ਵਪਾਰ ਕਰਨ ਵਾਸਤੇ ਜਾਂਦਾ, ਕੋਈ ਨੌਕਰੀ ਕਰਦਾ, ਕੋਈ ਬਿਜ਼ਨਸ ਕਰਦਾ ਹੈ। ਆਪਾਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਹਾਂ ਪੜ੍ਹਾ ਲਿਖਾ ਕੇ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਵਿਦੇਸ਼ ਦੇ ਵਿੱਚ ਜਾਵੇਗਾ, ਉੱਥੋਂ ਡਾਲਰ ਕਮਾ ਕੇ ਆਪਣੇ ਘਰ ਭੇਜੇਗਾ। ਭਾਵ ਕਿ ਦੁਨਿਆਵੀ ਬੰਦਾ ਆਪਣੇ ਘਰੋਂ ਤੁਰਦਾ ਕੁਝ ਕਮਾਉਣ ਵਾਸਤੇ, ਪਰ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਹ ਆਪਣੇ ਘਰੋਂ ਤੁਰੇ ਨੇ। ਜੋ ਰੱਬੀ ਦਾਤਾ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਝੋਲੀ ਦੇ ਵਿੱਚ ਪਾਈਆਂ, ਉਹ ਰੱਬੀ ਦਾਤਾ ਦੁਨੀਆਂ ਦੇ ਲੋਕਾਂ ਦੇ ਵਿੱਚ ਵੰਡਣ ਵਾਸਤੇ ਤੁਰੇ ਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਐਵੇਂ ਨਹੀਂ ਸਭ ਤੋਂ ਵੱਡਾ ਆਖਿਆ ਜਾਂਦਾ। ਕਹਿੰਦੇ ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਪਹਿਲੀ ਉਦਾਸੀ ਐਮਨਾਬਾਦ ਸ਼ਹਿਰ ਦੇ ਵਿੱਚੋਂ ਸ਼ੁਰੂ ਕੀਤੀ ਹੈ। ਸੰਗਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਿਆਂ ਹੋਇਆ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇਹ ਪਹੁੰਚੇ ਬਗਦਾਦ ਦੀ ਧਰਤੀ ਦੇ ਉੱਤੇ। ਉਹ ਬਗਦਾਦ ਸ਼ਹਿਰ ਕਹਿੰਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਤੇ ਦੂਜਾ ਨਵਾਬੀ ਮਰਦਾਨਾ। ਗੁਰੂ ਨਾਨਕ ਦੇ ਪਾਤਸ਼ਾਹ ਇਹ ਬਗਦਾਦ ਸ਼ਹਿਰ ਦੇ ਵਿੱਚ ਪਹੁੰਚੇ, ਇਕਾਂਤ ਜਗ੍ਹਾ ਤੇ ਜਾ ਕੇ ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਸਣ ਲਾ ਲਿਆ। ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਤੇ ਪਿਆਰਿਓ ਕਹਿੰਦੇ ਅੱਜ ਭਾਈ ਮਰਦਾਨਾ ਇਹ ਰਬਾਬ ਵਜਾਉਂਦਾ ਹੈ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਅਲਾਹੀ ਬਾਣੀ ਰੱਬੀ ਬਾਣੀ ਦਾ ਕੀਰਤਨ ਕਿਵੇਂ ਕਰਦੇ ਹੈ। ਬਗਦਾਦ ਸ਼ਹਿਰ ਦੇ ਵਿੱਚ ਪਹੁੰਚਣ ਦੀ ਕਹਾਣੀ ਜਿਵੇਂ ਕਵੀ ਨੇ ਆਪਣੀ ਕਲਮ ਦੇ ਨਾਲ ਇਸ ਕਵਿਤਾ ਨੂੰ ਕਲਮਬੰਦ ਕੀਤਾ, ਉਸ ਸਮੇਂ ਦੇ ਦ੍ਰਿਸ਼ ਨੂੰ ਢਾਡੀ ਜਥਾ ਇੰਜ ਬਿਆਨ ਹੋ।
ਧੰਨਵਾਦ ਆਪ ਸਭ।
नहीं भी पहुंचिया घर बैठिया संगत इस प्रोग्राम लाइव सरवण कर रही ने सो इतिहास का सत्कार कर दिया हो श्रोमणी अकाली दल अमृतसर सरदार खजान सिंह तिना दे वल्लों इतिहास पेटा ढाडी जथे नूं मान सन्मान दे के नवाजिया गया गुरुद्वारा साहिब दे प्रधान सरदार सवरण सिंह जी तिना दे वल्लों ढाडी जथे नूं बेअंत असीसां दे के नवाजिया गया सत्कारयोग भाई जसवीर सिंह जी खालसा दुसड़का जिन्हां दा इस जथे दे नाल अथा प्यारे ते गुरु प्यारियो जिन्हां दे उच्चे उच्चे सद्दे पत्तर दे सदका आप संगतां दे दास दे ढाडी जथे नूं दर्शन दीदारे हो रहे ने उन्हां दे वल्लों ढाडी जथे नूं मान सन्मान सत्कार दे के नवाजिया जा रहा है सो आओ गुरु प्यारे खालसा जी हो आप सरवण कर रहे हो कि गुरु नानक दे पातशाह महाराज ए बगदाद दी धरती दे उत्ते पहुंचे मेरे गुरु नानक दे पातशाह इन्हां ने बगदाद दी धरती ते जाके एकांत जगह ते बैठ के आसन ला लिया भाई मरदाने नूं आखिया कि मरदानिया रवाब छेड़ बाणी आई है भाई मरदाने ने कहिंदे रवाब वजाई है ते गुरु नानक दे पातशाह महाराज जी ने लाखी बाणी रब्बी बाणी दा कीर्तन गाविया एक बार इंसान दा की जेड़े दरख्तां दे उत्ते पंछी बैठे है ओ भी गुरु नानक दे पातशाह महाराज जी दी आवाज नूं सुन के मुग्ध हो गए अज प्यारियो कहिंदे कोई गुरु घर दा कीर्तनिया कोई गुरु घर दा प्रचारक अज कोई गुरु घर दा कथावाचक गुरबाणी दा शब्द गावे ते संगतां कहन लग जांदियां ने वाह ज्ञानी जी अज जेड़ा तुसी शब्द पढ़िया आनंद आ गया पर तको प्यारियो जदो गुरु नानक दे पातशाह महाराज आप उस अलाखी बाणी दा शब्द गावदे होणगे उदो संगत दे विच कैसा आनंद वरतदा होवेगा बगदाद शहर दे विच गुरु नानक दे पातशाह महाराज जी दे जिहड़ी आउण दी खबर है इसे ही बगदाद शहर दे विच एक पीर रहिंदा है जिस पीर दा नाम है पीर दस्तगीर ए पीर दस्तगीर इहदा असल नाम नहीं है इहनूं इहदी गद्दी दे वल्लों तखल्लुस मिलिया होया है क्योंकि प्यारियो पीर दस्तगीर दा जो असल नाम है ओह है बहलोल शाह ईरान दे इलाके दा रहण वाला पर इराक बगदाद दे विच आके इस पीर दस्तगीर ने इस्लाम धर्म दा प्रचार करके अपना डेरा बहुत वड्डा बनाया होया है भाव जे दुनिया दे लोकां नूं इस्लाम धर्म दे नाल पीर दस्तगीर ने जोड़िया अज इहदे चेलियां दे कन्नां दे विच आवाज पहुंची कि बगदाद शहर दे विच कोई फकीर आया इहदे चेले भी गुरु नानक दे पातशाह महाराज जी दे कोल उस जगह ते पहुंचे जिथे मेरे गुरु नानक दे पातशाह महाराज गुरबाणी दा कीर्तन पे गावदे आ चेलियां ने जाके कीती नमस्कार इन्हां ने कीर्तन सरवण कीता ते जदों गुरु नानक दे पातशाह महाराज इन्हां ने समाप्ति कीती है ते ए वापस अपने डेरे दे विच आए आके डेरे दे विच पीर दस्तगीर दे चेले अज अपने मुर्शद अपने पीर नूं गुरु नानक दे पातशाह महाराज जी दी सिफत दसदियां होया कहन लगे कि पीर जी अपने शहर दे विच कोई पीर ही आया कोई फकर ही आया है जदों अपने मुख दे विचों अपने प्यारे दा कोई कलाम पढ़दा है ना एक बार इंसान दा की ओ पंछी भी मुग्ध हो जांदे है हुण प्यारियो कोई भी बंदा ਇਹ ਗੱਲ ਨਹੀਂ ਚਾਹੁੰਦਾ ਕਿ ਜਿੱਥੇ ਮੈਂ ਆਪਣਾ ਪ੍ਰਚਾਰ ਕਰਕੇ ਦੁਨੀਆ ਦੇ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਿਆ ਉੱਥੇ ਕਿਸੇ ਦੂਸਰੇ ਮਜ਼ਹਬ ਦਾ ਬੰਦਾ ਆ ਕੇ ਆਪਣਾ ਪ੍ਰਚਾਰ ਕਰੇ ਇਹ ਤੇ ਕਦੇ ਵੀ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਅੱਜ ਆਪਣੇ ਚੇਲਿਆਂ ਦੇ ਮੂੰਹੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਪੀਰ ਦਸਤਗੀਰ ਨੇ ਸੁਣੀ ਕਹਿੰਦੇ ਸੜ ਬਲ ਕੇ ਕੋਲੇ ਹੋ ਗਿਆ ਆਪਣੇ ਚੇਲਿਆਂ ਨੂੰ ਕਹਿਣ ਲੱਗਾ ਕਿ ਮੇਰੇ ਮਰੀਦੋ ਜਿਹਦੀ ਸਿਫਤ ਪੇ ਕਰਦੇ ਹੋ ਜਾਓ
एक बार ओनू बुला के मेरे डेरे दे विच लेके आओ। आओ प्यारियो तकना हुण पीर दस्तगीर जिथे ए धार्मिक तौर ते अपने धर्म दा आगू है, जिथे ए धार्मिक तौर ते अपने धर्म दा आगू है उथे राजनीतिक कम्मा दे विच भी ए मुख पैर रखदा है, भाव के राजनीति दे विच भी ए आगू मन्निया जांदा है। अज पीर दस्तगीर गुरु नानक देव पातशाह महाराज जी नू अपने डेरे दे विच बुला के लेके आउण वास्ते अपने चेलियां नू किवें हुक्म करदा है, अपने चेलियां नू किवें कह रिहा है, उस समय दे दृश्य नू अमनदीप कौर खालसा नकोदर वालियां दा ढाडी जथा इंज बयान कर। चलो बाबा तू सानू बुलाउंदे पीर जी, चलो बाबा तू सानू बुलाउंदे पीर जी। चलो बाबा तू सानू बुलाउंदे पीर जी।
ਸਾਡੇ ਪੀਰ ਮੂਰੇ ਤੁਹਾਨੂੰ ਹਾਰਨਾ ਪਊ ਧਰਮੇ ਸਲਾਮ ਸਵੀਕਾਰਨਾ ਪਊ ਸਾਡੇ ਪੀਰ ਮੂਰੇ ਤੁਹਾਨੂੰ ਹਾਰਨਾ ਪਊ ਧਰਮੇ ਸਲਾਮ ਸਵੀਕਾਰਨਾ ਪਊ ਨਹੀਂ ਤਾਂ ਜੱਗ ਵਿੱਚੋਂ ਮੁੱਕ ਜਾਊ ਸੀਰ ਜੀ ਨਹੀਂ ਤਾਂ ਜੱਗ ਵਿੱਚੋਂ ਮੁੱਕ ਜਾਊ ਸੀਰ ਜੀ ਚਲੋ ਬਾਬਾ ਤੂੰ ਸਾਨੂੰ ਬੁਲਾਉਂਦੇ ਪੀਰ ਜੀ ਚਲੋ ਬਾਬਾ ਤੂੰ ਸਾਨੂੰ ਬੁਲਾਉਂਦੇ ਪੀਰ ਜੀ ਸੋ ਗੁਰੂ ਪਿਆਰੇ ਖਾਲਸਾ ਜੀਓ ਇਤਿਹਾਸ ਦਾ ਸਤਿਕਾਰ ਕਰਦਿਆਂ ਹੋਇਆਂ ਆਪ ਸੰਗਤਾਂ ਦੇ ਵੱਲੋਂ ਬਹੁਤ ਵੱਡੇ ਰੂਪ ਦੇ ਵਿੱਚ ਢਾਡੀ ਜਥੇ ਨੂੰ ਸਤਿਕਾਰ ਦੇ ਕੇ ਅਸੀਸਾਂ ਦੇ ਕੇ ਇਤਿਹਾਸ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੇਕਰ ਮੈਂ ਨਾਮ ਲਵਾਂ ਤੇ ਸਮਾਂ ਬਹੁਤ ਗੁਰੂ ਪਿਆਰਿਓ ਮੇਰੇ ਕੋਲ ਸੀਮਤ ਹੈ ਜਿਸ ਇਤਿਹਾਸ ਦੀ ਵਿਚਾਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਦੀ ਆਰੰਭਤਾ ਕੀਤੀ ਹੈ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਇਤਿਹਾਸ ਦੀਆਂ ਵਿਚਾਰਾਂ ਵੀ ਕਰਨੀਆਂ ਸੋ ਗੁਪਤ ਰੂਪ ਦੇ ਵਿੱਚ ਜਿਨ੍ਹਾਂ ਵੀ ਸੰਗਤਾਂ ਦੇ ਵੱਲੋਂ ਇਤਿਹਾਸ ਭੇਟਾ ਢਾਡੀ ਜਥੇ ਨੂੰ ਸਤਿਕਾਰ ਦੇ ਕੇ ਨਿਵਾਜਿਆ ਗਿਆ ਮੈਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸਮੁੱਚੇ ਢਾਡੀ ਜਥੇ ਵੱਲੋਂ ਕਰਦੇ ਹਾਂ ਆਓ ਆਪ ਸਰਵਣ ਕਰ ਰਹੇ ਹੋ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਸਭ ਤੋਂ ਵੱਡਾ ਕਿਉਂ ਆਖਿਆ ਜਾਂਦਾ ਹੈ ਕਹਿੰਦੇ ਬਗਦਾਦ ਸ਼ਹਿਰ ਦੇ ਵਿੱਚ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਪਹੁੰਚੇ ਇਧਰੋਂ ਪੀਰ ਦਸਤਗੀਰ ਨੇ ਆਪਣੇ ਚੇਲਿਆਂ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਭੇਜਿਆ ਕਿ ਜਾਓ ਉਸ ਫਕੀਰ ਨੂੰ ਮੇਰੇ ਡੇਰੇ ਦੇ ਵਿੱਚ ਬੁਲਾ ਕੇ ਲੈ ਕੇ ਆਓ ਇਹਦੇ ਚੇਲੇ ਪਹੁੰਚੇ ਉਸ ਜਗ੍ਹਾ ਤੇ ਜਿੱਥੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇਕਾਂਤ ਬੈਠੇ ਹੈ ਜਾ ਕੇ ਆਪਣੇ ਪੀਰ ਦਾ ਹੁਕਮ ਸੁਣਾ ਦਿੱਤਾ ਹੈ ਤੇ ਗੁਰੂ ਪਿਆਰਿਓ ਹੁਣ ਕਹਿੰਦੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇਹ ਪੀਰ ਦਸਤਗੀਰ ਦੇ ਡੇਰੇ ਇਹਦੇ ਚੇਲਿਆਂ ਦੇ ਨਾਲ ਪਹੁੰਚੇ ਜਦੋਂ ਡੇਰੇ ਦੇ ਵਿੱਚ ਪਹੁੰਚੇ ਕੀ ਵੇਖਿਆ ਉੱਚੀ ਜਗ੍ਹਾ ਦੇ ਉੱਤੇ ਆਸਣ ਲਾ ਕੇ ਗੱਦੀ ਲਾ ਕੇ ਪੀਰ ਬੈਠਾ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇਹ ਜਾ ਕੇ ਨੀਵੀ ਜਗ੍ਹਾ ਤੇ ਖਲੋ ਗਏ ਪੀਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਪੁੱਛਦਾ ਕਿ ਬਾਬਾ ਕਿੱਥੋਂ ਆਇਆ ਅੱਜ ਉਹ ਤੂੰ ਬਾਣਾ ਪਾਇਆ ਏ ਆ ਤੇਰੇ ਫਕੀਰੀ ਬਾਣੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਏ ਕਿ ਤੂੰ ਇਸਲਾਮ ਧਰਮ ਨੂੰ ਮੰਨਣ ਵਾਲਾ ਨਹੀਂ ਕਿਸੇ ਹੋਰ ਮਜ਼ਹਬ ਨੂੰ ਮੰਨਣ ਵਾਲਾ ਏ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਪੀਰ ਦਸਤਗੀਰ ਨੇ ਆਖਿਆ ਬਾਬਾ ਆ ਬਗਦਾਦ ਸ਼ਹਿਰ ਦੇ ਵਿੱਚ ਆ ਤੇ ਗਿਆ ਪਰ ਤੈਨੂੰ ਪਤਾ ਇੱਥੇ ਆਉਣ ਦੀ ਤੈਨੂੰ ਸਜ਼ਾ ਕਿੱਡੀ ਵੱਡੀ ਮਿਲ ਸਕਦੀ ਹੈ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਇਹ ਚੁੱਪ ਚਪੀਤੇ ਪੀਰ ਦਸਤਗੀਰ ਜੋ ਆਖ ਰਿਹਾ ਉਹ ਸੁਣ ਰਹੇ ਹੈ ਕਹਿੰਦੇ ਇੱਕ ਮਿੰਟ ਵਾਸਤੇ ਪੀਰ ਦੇ ਮਨ ਦੇ ਵਿੱਚ ਵਿਚਾਰ ਆਈ ਪੀਰ ਕਹਿਣ ਲੱਗਾ ਬਾਬਾ ਆ ਬਗਦਾਦ ਸ਼ਹਿਰ ਦੇ ਵਿੱਚ ਆ ਤੇ ਗਿਆ ਤੂੰ ਮੇਰੇ ਡੇਰੇ ਆ ਤੇ ਗਿਆ ਮੇਰੇ ਮਨ ਦੇ ਦੋ ਤਿੰਨ ਸਵਾਲ ਨੇ ਜੋ ਮੈਨੂੰ ਬੜਾ ਪਰੇਸ਼ਾਨ ਕਰਦੇ ਹੈ ਜੋ ਮੈਨੂੰ ਤੰਗ ਬੜਾ ਕਰਦੇ ਹੈ ਬਾਬਾ ਜੇ ਤੂੰ ਮੇਰੇ ਸਵਾਲਾਂ ਦਾ ਜਵਾਬ ਦੇ ਦੇਵੇ ਨਾ ਤੇ ਤੈਨੂੰ ਬਗਦਾਦ ਸ਼ਹਿਰ ਦੇ ਵਿੱਚ ਠਹਿਰਨ ਵਾਸਤੇ ਜਗ੍ਹਾ ਦੇ ਦਿੱਤੀ ਜਾਵੇਗੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ
ਕਹਿਣ ਲੱਗੇ ਦੱਸੋ ਪੀਰ ਜੀ ਤੁਹਾਡੇ ਸਵਾਲ ਕਿਹੜੇ ਹੈ ਕਿਉਂਕਿ ਅਸੀਂ ਤੇ ਦੁਨੀਆ ਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਹੀ ਆਏ ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਹੁਣ ਪੀਰ ਦਸਤਗੀਰ ਪਹਿਲਾ ਸਵਾਲ ਕਰਨ ਲੱਗਾ ਕਿ ਬਾਬਾ ਮੇਰਾ ਪਹਿਲਾ ਸਵਾਲ ਹੈ ਕਿ ਰੱਬ ਤੋਂ ਪਹਿਲਾਂ ਦੁਨੀਆ ਦੇ ਵਿੱਚ ਕੀ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਪੀਰ ਜੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਪਹਿਲਾਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਮੈਂ ਜੋ ਤੁਹਾਨੂੰ ਆਖਾਂਗਾ ਤੁਸੀਂ ਮੇਰੀ ਗੱਲ ਮੰਨੋਗੇ ਹੁਣ ਬਾਬਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਗੱਲ ਆਖੀ ਹੈ ਤਾਂ ਗੁਰੂ ਪਿਆਰੇ ਖਾਲਸਾ ਜੀਓ ਪੀਰ ਦੋ ਚਾਰ ਮਿੰਟ ਵਾਸਤੇ ਚੁੱਪ ਹੋ ਗਿਆ ਗੁਰੂ ਪਿਆਰੇ ਖਾਲਸਾ ਜੀਓ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਉੱਤੇ ਸਾਡੀ ਸਿੱਖ ਕੌਮ ਨੂੰ ਬਹੁਤ ਵੱਡਾ ਮਾਣ ਹੈ ਸਤਿਕਾਰਯੋਗ ਭਾਈ ਹਰਨਾਮ ਸਿੰਘ ਜੀ ਖਾਲਸਾ ਰਾਗੀ ਜਥਾ ਜੋ ਕਿ ਸਤਿਗੁਰਾਂ ਦੇ ਪਾਵੇਂ ਚਰਨਾਂ ਦੇ ਵਿੱਚ ਸਮੁੱਚੇ ਜਥੇ ਸਮੇਤ ਸ਼੍ਰੀ ਦਰਬਾਰ ਸਾਹਿਬ ਵਾਲੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਜੀ ਖਾਲਸਾ ਪਹੁੰਚ ਚੁੱਕੇ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸਾਹਿਬਾਨਾਂ ਦੇ ਵੱਲੋਂ ਢਾਡੀ ਜਥੇ ਵੱਲੋਂ ਸਿੱਖ ਸੰਗਤਾਂ ਦੇ ਵੱਲੋਂ ਜੀ ਆਇਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਆਓ ਪਿਆਰੇ ਖਾਲਸਾ ਜੀਓ ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪੀਰ ਜੀ ਤੁਹਾਡੇ ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲੇਗਾ ਪਹਿਲਾਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਮੈਂ ਜੋ ਗੱਲ ਆਖਾਂਗਾ ਤੁਸੀਂ ਮੇਰੀ ਗੱਲ ਮੰਨੋਗੇ ਹੁਣ ਪੀਰ ਚੁੱਪ ਹੋ ਗਿਆ ਸੋਚਦਾ ਕਿ ਕਿਤੇ ਇਹ ਬਾਬਾ ਮੈਨੂੰ ਉਹ ਗੱਲ ਮੰਨਣ ਵਾਸਤੇ ਨਾ ਕਹਿ ਦੇਵੇ ਜਿਸ ਗੱਲ ਦੇ ਮੰਨਣ ਨਾਲ ਮੇਰੇ ਧਰਮ ਨੂੰ ਇਸਲਾਮ ਧਰਮ ਨੂੰ ਠੇਸ ਪਹੁੰਚੇ ਤੱਕੋ ਪਿਆਰਿਓ ਇਹ ਇਸਲਾਮੀ ਲੋਕ ਇਹ ਮੁਸਲਮਾਨ ਲੋਕ ਆਪਣੇ ਧਰਮ ਦੇ ਵਿੱਚ ਕਿੰਨੇ ਪਰਪੱਕ ਹੁੰਦੇ ਆ ਇਹਨੂੰ ਆਪਣੇ ਧਰਮ ਦਾ ਖਤਰਾ ਲੱਗਣ ਲੱਗਾ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪੀਰ ਜੀ ਤੁਹਾਡੇ ਧਰਮ ਨੂੰ ਖਤਰਾ ਨਹੀਂ ਤੁਹਾਡੇ ਧਰਮ ਨੂੰ ਠੇਸ ਨਹੀਂ ਪਹੁੰਚਾਈ ਜਾਵੇਗੀ ਪਹਿਲਾ ਸਵਾਲ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੇ ਪੀਰ ਨੇ ਕੀਤਾ ਬਾਬਾ ਰੱਬ ਤੋਂ ਪਹਿਲਾਂ ਦੁਨੀਆ ਦੇ ਵਿੱਚ ਕੀ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਇੱਕ ਮੋਤੀਆਂ ਦਾ ਥਾਲ ਮੰਗਵਾਓ ਇੱਕ ਮੋਤੀਆਂ ਦਾ ਥਾਲ ਮੰਗਵਾਇਆ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਲਿਆ ਕੇ ਸਨਮੁਖ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਪੀਰ ਜੀ ਆ ਥਾਲ ਦੇ ਵਿੱਚ ਜਿੰਨੇ ਵੀ ਮੋਤੀ ਪਏ ਆ ਨਾ ਇਹਨਾਂ ਦੀ ਗਿਣਤੀ ਕਰੋ ਹੁਣ ਪੀਰ ਗਿਣਤੀ ਕਰਦਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਗਿਣੀ ਜਾਂਦਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਅਟਕਾ ਲਿਆ ਪੀਰ ਜੀ ਰੁਕ ਜਾਓ ਗਿਣਤੀ ਤੁਸੀਂ ਗਲਤ ਕੀਤੀ ਗਿਣਤੀ ਦੁਬਾਰਾ ਕਰੋ ਫਿਰ ਪੀਰ ਨੇ ਗਿਣਤੀ ਦੁਬਾਰਾ ਕੀਤੀ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਅਟਕਾ ਲਿਆ ਕਹਿਣ ਲੱਗੇ ਪੀਰ ਜੀ ਐਡੀ ਉੱਚੀ ਗੱਦੀ ਦੇ ਮਾਲਕ ਇੰਨੇ ਸੂਝਵਾਨ ਹੋਣ ਦੇ ਬਾਵਜੂਦ ਆ ਮੋਤੀਆਂ ਦੀ ਗਿਣਤੀ ਗਲਤ ਕਰੋ ਇਹ ਗੱਲ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਗਿਣਤੀ ਦੁਬਾਰਾ ਕਰੋ ਹੁਣ ਦੋ ਮਿੰਟ ਵਾਸਤੇ ਤਾਂ ਕਹਿੰਦੇ ਪੀਰ ਦੇ ਮਨ ਵਿੱਚ ਗੁੱਸਾ ਆਇਆ ਸੋਚਣ ਲੱਗਾ ਕਿ ਹੋ ਸਕਦਾ ਇਹ ਬਾਬੇ ਨੂੰ ਮੇਰੇ ਸਵਾਲ ਦਾ ਜਵਾਬ ਦੇਣਾ ਪੈਣਾ ਏ ਤੇ ਬਾਬਾ ਸੋਚਦਾ ਹੋਵੇ ਕਿ ਇਹਨੂੰ ਕਿਉਂ ਨਾ ਮੈਂ ਚੱਕਰਾਂ ਦੇ ਵਿੱਚ ਪਾ ਦੇਵਾਂ ਪੀਰ ਦੇ ਮਨ ਦੇ ਵਿਚਾਰ ਹੈ ਜਦੋਂ ਤੀਜੀ ਵਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੀਰ ਨੂੰ ਆਖਿਆ ਪੀਰ ਜੀ ਗਿਣਤੀ ਦੁਬਾਰਾ ਕਰੋ ਤੀਜੀ ਵਾਰ ਕਹਿੰਦੇ ਪੀਰ ਨੇ ਹੱਥ ਦੇ ਵਿੱਚ ਫੜਿਆ ਇੱਕ ਮੋਤੀ ਹੱਥ ਦੇ ਵਿੱਚ ਫੜ ਕੇ ਕਹਿਣ ਲੱਗਾ ਬਾਬਾ ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਪੀਰ ਜੀ ਗਿਣਤੀ ਫਿਰ ਗਲਤ ਕੀਤੀ ਕਹਿੰਦਾ ਬਾਬਾ ਕਾਹਦੀ ਗਲਤ ਅਜੇ ਤੇ ਮੈਂ ਫੜਿਆ ਹੀ ਹੱਥ ਦੇ ਵਿੱਚ ਇੱਕ ਮੋਤੀ ਹੈ ਤੇ ਬਾਬਾ ਤੂੰ ਮੈਨੂੰ ਆਖਦਾ ਗਿਣਤੀ ਗਲਤ ਕੀਤੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਇੱਕ ਤੋਂ ਪਹਿਲਾਂ ਕੀ ਹੈ ਇਹ ਵੀ ਗਿਣੋ ਕਹਿੰਦਾ ਬਾਬਾ ਇੱਕ ਤੋਂ ਪਹਿਲਾਂ ਕੀ ਹੈ ਇੱਕ ਤੋਂ ਪਹਿਲਾਂ ਸਿਫਰ ਇੱਕ ਤੋਂ ਪਹਿਲਾਂ ਜ਼ੀਰੋ ਗਿਣਤੀ ਭਾਵੇਂ ਲੱਖਾਂ ਦੀ ਕਰੋ ਹਜ਼ਾਰਾਂ ਦੀ ਕਰੋ ਅਰਬਾਂ ਦੀ ਕਰੋ ਕਰੋੜਾਂ ਦੀ ਕਰੋ ਗਿਣਤੀ ਤੇ ਬਾਬਾ ਇੱਕ ਤੋਂ ਸ਼ੁਰੂ ਹੋਵੇਗੀ ਨਾ ਇੱਕ ਤੋਂ ਪਹਿਲਾਂ ਤੇ ਕੁਝ ਵੀ ਨਹੀਂ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਪੀਰ ਜੀ ਆ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਜਿਵੇਂ ਇੱਕ ਤੋਂ ਪਹਿਲਾਂ ਜ਼ੀਰੋ ਏ ਜਿਵੇਂ ਇੱਕ ਤੋਂ ਪਹਿਲਾਂ ਸਿਫਰ ਏ ਇਸੇ ਤਰ੍ਹਾਂ ਰੱਬ ਤੋਂ ਪਹਿਲਾਂ ਵੀ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਸੀ।
पहले सवाल का जवाब मेरे गुरु नानक देव पातशाह महाराज जी ने दिता। पीर दे मन दी तसल्ली हो गई, कहन लगा बाबा वाकई जो तू आखदा मेरे मन दी तसल्ली है, पर बगदाद शहर दे विच तैनू ठहरन वास्ते तां जगह दित्ती जावेगी जे तू मेरे दूजे सवाल दा भी जवाब दे देवे। गुरु नानक देव पातशाह कहन लगे दसो पीर जी तुहाडा दूसरा सवाल की है। कहिंदे बाबा मेरा दूसरा सवाल है कि जे रब है ते दिसदा क्यों नहीं, जेड़ी चीज दुनिया दे विच है वो अक्सर नजर आउंदी है पर जे रब है ते वो सानू नजर ही क्यों नहीं आउंदा, वो दिसदा क्यों नहीं। गुरु नानक देव पातशाह महाराज जी ने पीर दस्तगीर दे कोलो एक दुध दा गड़वा लियाया मंगवाया, फड़िया हाथ दे विच दुध वाला गड़वा। मेरे गुरु नानक देव पातशाह महाराज दुध वाले गड़वे दे विच निगाह भर के वेखदे आ, पीर नू कहन लगे पीर जी दुध दे विच कुछ है? पीर कहिंदा बाबा दुध दे विच ते कुछ भी नहीं है। गुरु नानक देव पातशाह महाराज जी ने आखिया कि पीर जी आ निगाह भर के तको दुध दे विच कुछ है? पीर कहिंदा बाबा दुध दे विच कुछ भी नहीं है। पीर सोचन लग पिया हो सकदा है कि ये बाबा कईयां दिनां दा सफर करके आया भुखा ते आया होवे ते सोचदा होवे कि पहला दुध छक लवां फिर मैं पीर दे सवाल दा जवाब दे देवांगा, ते ये बाबा दुध तां ना छक रिया होवे कि किते इहदे चेलियां ने दुध दे विच जहर ते नहीं पाई। कहिंदा बाबा दुध दे विच कुछ भी नहीं है। मेरे गुरु नानक देव पातशाह कहन लगे पीर जी दुध दे विच मक्खण है। ये सारियां नू पता है कि जिहड़ा मक्खण है ये दुध दे विचों निकलदा है, पर दुध दे विचों मक्खण कढ़न वास्ते बंदे नू मेहनत करनी पैंदी है। ते गुरु प्यारियो धन गुरु नानक देव पातशाह महाराज पीर दस्तगीर दे सवाल दा जवाब देंदिया होया कहन लगे है कि पीर जी जिवें दुध दे विच मक्खण है पर मक्खण कढ़न वास्ते बंदे नू मेहनत करनी पैंदी है, दुध नू गर्म करना पैंदा है, ओनू जाग लाउणी पैंदी है, कुछ घंटे वास्ते रख के ओहदा दही बना के दुध दे विचों मक्खण कढ़िया जांदा है। इसे ही तरह जिहड़ा परमात्मा है ओह घट घट दे विच वसदा है, जिहड़ा परमात्मा ओह जर्रे जर्रे दे विच वसदा है, ओह कण कण दे विच वसदा है। परमात्मा ते उन्हां दे विच वी वसदा है जिन्हां दे नाल बंदिया तू नफरत करदा है, परमात्मा ते उन्हां दे विच वी वसदा है जिन्हां दे नाल आपां ईरखा करदे आ। गुरु नानक देव पातशाह महाराज जी ने पीर दस्तगीर दे दूसरे सवाल दा जवाब है। इस
उस सारी सृष्टि नूं रब दा रूप पीर जी जानो अंदर वल तक लवो अपने अंदर रब पछाणो इस सारी सृष्टि नूं रब दा रूप पीर जी जानो अंदर वल तक लवो अपने अंदर रब पछाणो अंदर दा जानण ही अंदर दा जानण ही अंदर दा जानण ही मन दा नेरा दूर बजोंदा कण कण विच वसदा है ऐ पर रब नजर नहीं आंदा कण कण विच वसदा है ऐ पर रब नजर नहीं आंदा कोई था ही ऐसी नहीं हो हो कोई था ही ऐसी नहीं जिधर वेखो दिसदा सोई आकार उसदा है ऐ पर निरंकार भी ओही दा पर उसे नू जेड़ा रब सच्चे नू पौंदा कण कण विच वसदा है ऐ पर रब नजर नहीं आंदा कण कण विच वसदा है ऐ पर रब नजर नहीं आंदा दुद्ध बिच्चों क्यों निकले दुद्ध बिच्चों क्यों निकले पर कुछ करना पैदा ही ना जे कर मन सच्चा है जे कर मन सच्चा है मेरा रब दिखाउंदा लीला दुद्ध बिच्चों क्यों निकले पर कुछ करना पैदा ही ना जे कर मन सच्चा है मेरा रब दिखाउंदा लीला जिस लीला वेख लई ओ फिर रब नू नहीं बनौंदा कण कण विच वसदा है ऐ पर रब नजर नहीं आउंदा कण कण विच वसदा है ऐ पर रब नजर नहीं आउंदा क्यों धर्म दे ना थले कर दे हो बंदियां नाल किरना सच्चे ते झूठे दा हुंदा है आखर नूं निरना क्यों धर्म दे ना थले कर दे हो बंदियां नाल किरना बेसमझ पमती नूं बेसमझ पमती नूं बेसमझ पमती नूं आखर रब ही है ना ऐ पर रब नजर नहीं आंदा कण कण विच वसदा है ऐ पर रब नजर नहीं आंदा कण कण विच वसदा है ऐ पर रब नजर नहीं आंदा कण कण विच वसदा है ऐ पर रब नजर
ਜਿਨ੍ਹਾਂ ਦੇ ਨਾਲ ਆਪਾਂ ਨਫ਼ਰਤ ਕਰਦੇ ਹਾਂ, ਜਿਨ੍ਹਾਂ ਦੇ ਨਾਲ ਆਪਾਂ ਈਰਖਾ ਕਰਦੇ ਹਾਂ, ਪਰਮਾਤਮਾ ਉਹਨਾਂ ਦੇ ਅੰਦਰ ਵੀ ਵੱਸਦਾ ਹੈ। ਕਹਿੰਦੇ ਪੀਰ ਦਸਤਗੀਰ, ਜਿਸ ਸਮੇਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹਦੇ ਦੂਸਰੇ ਸਵਾਲ ਦਾ ਜਵਾਬ ਦਿੱਤਾ, ਪੀਰ ਦਸਤਗੀਰ ਦੇ ਮਨ ਦੀ ਤਸੱਲੀ ਹੋ ਗਈ। ਕਹਿਣ ਲੱਗਾ, ਬਾਬਾ ਵਾਕੇ ਜੋ ਤੂੰ ਆਖਦਾ ਇਹ ਗੱਲ ਮੇਰੇ ਮਨ ਦੇ ਵਿੱਚ ਆਉਂਦੀ ਹੈ, ਪਰ ਬਾਬਾ ਜਿਵੇਂ ਮੇਰੇ ਪਹਿਲੇ ਦੋ ਸਵਾਲਾਂ ਦਾ ਜਵਾਬ ਤੂੰ ਦਿੱਤਾ, ਇਸੇ ਤਰ੍ਹਾਂ ਜੇਕਰ ਤੀਸਰੇ ਸਵਾਲ ਦੇਵੇ ਤੇ ਤੈਨੂੰ ਬਗਦਾਦ ਸ਼ਹਿਰ ਦੇ ਵਿੱਚ ਠਹਿਰਨ ਵਾਸਤੇ ਜਗ੍ਹਾ ਦੇ ਦਿੱਤੀ ਜਾਵੇਗੀ। ਬਾਬਾ ਜੇ ਮੇਰੇ ਤੀਸਰੇ ਸਵਾਲ ਦਾ ਜਵਾਬ ਨਾ ਦੇ ਸਕਿਓ, ਇਸੇ ਸਮੇਂ ਤੈਨੂੰ ਬਗਦਾਦ ਸ਼ਹਿਰ ਛੱਡ ਕੇ ਜਾਣਾ ਪਵੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਹਨਾਂ ਨੇ ਆਖਿਆ ਕਿ ਪੀਰ ਜੀ ਦੱਸੋ ਤੁਹਾਡਾ ਤੀਸਰਾ ਸਵਾਲ ਕੀ ਹੈ। ਤੀਸਰਾ ਸਵਾਲ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਪੀਰ ਦਸਤਗੀਰ ਨੇ ਕੀਤਾ ਕਿ ਬਾਬਾ ਰੱਬ ਦਾ ਕੰਮ ਕੀ ਹੈ, ਰੱਬ ਕੋਈ ਕੰਮ ਵੀ ਕਰਦਾ ਹੈ ਕਿ ਜਾਂ ਫਿਰ ਵਿਹਲਾ ਰਹਿੰਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਪੀਰ ਜੀ ਤੁਹਾਡੇ ਤੀਸਰੇ ਸਵਾਲ ਦਾ ਜਵਾਬ ਮਿਲ ਜਾਵੇਗਾ। ਆ ਪਹਿਲਾਂ ਜਿਹੜੇ ਆਸਨ ਤੇ ਤੁਸੀਂ ਬੈਠੇ ਹੋ ਨਾ, ਕਿਉਂਕਿ ਜਿਹੜਾ ਪੀਰ ਸੀ ਇਹ ਉੱਚੇ ਆਸਨ ਦੇ ਉੱਤੇ ਉੱਚੀ ਜਗ੍ਹਾ ਤੇ ਆਪਣਾ ਆਸਨ ਲਾ ਕੇ ਆਪਣੀ ਗੱਡੀ ਲਾ ਕੇ ਬੈਠਾ ਸੀ, ਤੇ ਗੁਰੂ ਨਾਨਕ ਦੇਵ ਮਹਾਰਾਜ ਇਹ ਨੀਵੀਂ ਜਗ੍ਹਾ ਤੇ ਖੜੇ ਸਨ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਪੀਰ ਜੀ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਜਾਵੇਗਾ, ਪਹਿਲਾਂ ਆ ਜਿਹੜੇ ਆਸਨ ਤੇ ਬੈਠੇ ਹੋ ਇਹ ਆਪਣਾ ਆਸਨ ਛੱਡੋ, ਆ ਜਿਸ ਜਗ੍ਹਾ ਤੇ ਮੈਂ ਖੜਾ ਉਸ ਜਗ੍ਹਾ ਤੇ ਆ ਕੇ ਖੜੋ। ਹੁਣ ਫਿਰ ਪੀਰ ਦੇ ਮਨ ਚ ਦੋ ਚਾਰ ਮਿੰਟ ਵਾਸਤੇ ਵਿਚਾਰ ਆਈ, ਪਰ ਇਹਨੇ ਆਪਣੇ ਸਵਾਲ ਦਾ ਜਵਾਬ ਲੈਣਾ ਆਪਣਾ ਆਸਨ ਛੱਡਿਆ ਉਸ ਜਗ੍ਹਾ ਤੇ ਆਇਆ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਖੜੇ ਆ। ਤੇ ਪੀਰ ਆ ਕੇ ਖਲੋ ਗਿਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਪੀਰ ਦਸਤਗੀਰ ਦੇ ਆਸਨ ਦੇ ਉੱਤੇ ਜਾ ਕੇ ਬੈਠ ਗਏ। ਇਹਦੇ ਆਸਨ ਤੇ ਇਹਦੀ ਗੱਦੀ ਤੇ ਬੈਠ ਕੇ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਦੱਸਿਓ ਪੀਰ ਜੀ ਤੁਹਾਡਾ ਤੀਸਰਾ ਸਵਾਲ ਕਿਹੜਾ ਸੀ। ਤੇ ਪੀਰ ਕਹਿਣ ਲੱਗਾ, ਬਾਬਾ ਮੇਰਾ ਤੀਸਰਾ ਸਵਾਲ ਹੈ ਕਿ ਰੱਬ ਦਾ ਕੰਮ ਕੀ ਹੈ, ਉਹ ਕੋਈ ਕੰਮ ਵੀ ਕਰਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਪੀਰ ਜੀ ਬਸ ਰੱਬ ਦਾ ਇਹੀ ਕੰਮ ਹੈ, ਪਹਿਲਾਂ ਤੁਸੀਂ ਉੱਚੀ ਜਗ੍ਹਾ ਤੇ ਬੈਠੇ ਸੀ ਤੇ ਮੈਂ ਨੀਵੀਂ ਜਗ੍ਹਾ ਤੇ ਖੜਾ ਸੀ, ਹੁਣ ਮੈਂ ਉੱਚੀ ਜਗ੍ਹਾ ਤੇ ਬੈਠਾ ਤੇ ਤੁਸੀਂ ਨੀਵੀਂ ਜਗ੍ਹਾ ਤੇ ਖੜੇ ਹੋ। ਰੱਬ ਪਰਮਾਤਮਾ ਇਹ ਨੀਵਿਆਂ ਨੂੰ ਉੱਚੇ ਕਰਾ ਤੇ ਉੱਚਿਆਂ ਨੂੰ ਨੀਵੇਂ ਕਰਦਾ ਏ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਉਹਦੀ ਕਿਰਪਾ ਹੋਵੇ, ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤੇ ਗਲੀਆਂ ਦੇ ਵਿੱਚ ਜਿਹੜੇ ਠੂਠੇ ਫੜ ਕੇ ਮੰਗਦੇ ਆ ਨਾ ਉਹਨਾਂ ਨੂੰ ਰਾਜ ਭਾਗ ਦੇ ਸਕਦਾ, ਪਰਮਾਤਮਾ ਦੇ ਰੰਗਾਂ ਨੂੰ ਕੋਈ ਜਾਣ ਨਹੀਂ ਸਕਦਾ। ਰੱਬ ਦਾ ਭੇਦ ਇਹ ਨਾ ਕਿਸੇ ਨੇ ਪਾਇਆ ਏ ਤੇ ਨਾ ਹੀ ਕੋਈ ਪਾ ਸਕਦਾ ਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪੀਰ ਦਸਤਗੀਰ ਦੇ ਤੀਸਰੇ ਸਵਾਲ ਦਾ ਜਵਾਬ ਕਿਵੇਂ ਦਿੱਤਾ, ਇਸ ਪ੍ਰਸੰਗ ਦੀ ਆਖਰੀ ਕਵਿਤਾ ਮੇਰੇ ਢਾਡੀ ਸਾਥੀ ਗੁਰਜੀਤ ਕੌਰ, ਰਾਜਵਿੰਦਰ ਕੌਰ ਤੇ ਸਰੰਗੀ ਮਾਸਟਰ ਗੁਰਜੀਤ ਸਿੰਘ ਸੱਜਣ ਦੇ ਕੋਲੋਂ ਇੰਜ ਰੱਬ ਚਾਹੇ ਰਾਜ ਬਖਸ਼ੇ
ਭਿਖਾਰੀ ਨੂੰ ਬਖਸ਼ੇ ਭਿਖਾਰੀ ਨੂੰ ਮੰਗਤਾ ਬਣਾ ਲੈਓ ਸ਼ਤਰ ਤਾਰੀ ਨੂੰ ਮੰਗਤਾ ਬਣਾ ਲੈਓ ਸ਼ਤਰ ਤਾਰੀ ਨੂੰ ਪਾਇਆ ਨਹੀਂ ਕਿਸੇ ਅੰਤ ਭਗਵਾਨ ਦਾ ਅੰਤ ਭਗਵਾਨ ਦਾ ਰੱਬ ਦਿਆਂ ਰੰਗਾਂ ਨੂੰ ਕੋਈ ਨੀ ਜਾਣਦਾ ਰੱਬ ਦਿਆਂ ਰੰਗਾਂ ਨੂੰ ਕੋਈ ਨੀ ਜਾਣਦਾ ਕੋਈ ਨੀ ਜਾਣਦਾ ਰੱਬ ਦੇ ਰੰਗਾਂ ਨੂੰ ਕੋਈ ਨੀ ਜਾਣਦਾ ਸਰਦਾਰ ਤਜਿੰਦਰ ਪਾਲ ਸਿੰਘ
ਸ਼ਾਹਪੋਸ਼ ਸਰਦਾਰ ਜਸਵਿੰਦਰ ਸਿੰਘ ਸਰਦਾਰ ਗੁਰਨਾਮ ਸਿੰਘ ਚੰਦੋਗਲਾ ਹਰਪ੍ਰੀਤ ਸਿੰਘ ਸਰਦਾਰ ਅੰਮ੍ਰਿਤਪਾਲ ਸਿੰਘ ਸਰਦਾਰ ਮਨਜੀਤ ਸਿੰਘ ਸਰਦਾਰ ਲਖਵਿੰਦਰ ਸਿੰਘ ਸਰਦਾਰ ਗੁਲਜਾਰ ਸਿੰਘ ਰਾਜ ਕੌਰ ਤੇ ਸਰਦਾਰ ਕੁਲਵੰਤ ਸਿੰਘ ਜੀ ਪ੍ਰਧਾਨ ਹੋਰ ਵੀ ਗੁਪਤ ਰੂਪ ਦੇ ਵਿੱਚ ਆਪ ਸੰਗਤਾਂ ਦੇ ਵੱਲੋਂ ਮਾਇਆ ਆਈ ਹੈ ਸਤਿਕਾਰਯੋਗ ਬਾਪੂ ਜੀ ਜਮੁਨਾ ਨਗਰ ਵਾਲੇ ਬੈਠੇ ਹੋਏ ਨੇ ਸੰਗਤਾਂ ਦੇ ਵਿੱਚ ਤਿੰਨਾਂ ਦੇ ਵੱਲੋਂ ਇਤਿਹਾਸ ਭੇਟਾ ਢਾਡੀ ਜਿੱਥੇ ਉਹ ਸਤਿਕਾਰ ਦੇ ਕੇ ਨਵਾਜਿਆ ਗਿਆ ਇੰਨੀ ਹਾਜ਼ਰੀ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।